ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਇੱਕ ਸੋਹਣੀ ਸੁਨੱਖੀ ਮੁਟਿਆਰ ਸੂਟ ਗਰਾਰਾ ਸ਼ਰਾਰਾ ਪਾ ਕੇ ਬਾਹਰ ਨਿਕਲਦੀ ਹੈ ਤਾਂ ਦਿਲ ਕਹਿ ਉੱਠਦਾ ਕਿ ਕਾਸ਼ ਇਹ ਸੂਟ ਮੇਰੇ ਕੋਲ ਵੀ ਹੁੰਦਾ ਅਤੇ ਇੱਦਾਂ ਹੀ ਕੁਛ ਲੱਗ ਰਿਹਾ ਮੈਨੂੰ ਵੀ ਵੇਖਿਆ ਜਰਾਨੂ ਜੀ ਦਾ ਇਹ ਮਰੂਨ ਕਲਰ ਦਾ ਸੂਟ ਸ਼ੀਸ਼ਾ ਦਾ ਨਾ ਕੰਮ ਉੱਪਰ ਤਾਂ ਮੇਰਾ ਵੀ ਦਿਲ ਕਹਿ ਰਿਹਾ ਕਿ ਕਾਸ਼ ਇਹ ਸੂਟ ਮੇਰੇ ਕੋਲ ਹੁੰਦਾ ਰਾਣਾ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ? ਸਤਿ ਸ਼੍ਰੀ ਅਕਾਲ ਜੋਤੀ ਜੀ, ਤੁਹਾਨੂੰ ਵੀ ਅਤੇ ਜਿੰਨੇ ਪ੍ਰੋਗਰਾਮ ਦੇਖ ਰਹੇ ਸਾਂਝਾ ਪੰਜਾਬ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸੂਟ ਵੇਖ ਕੇ ਮੈਨੂੰ ਵੀ ਜਲਨ ਜੀ ਹੋ ਰਹੀ ਹੈ। ਤੁਹਾਨੂੰ ਕਹਦੇ ਜਲਨ ਹੋਈ, ਤੁਸੀਂ ਵੀ ਬਣਵਾ ਲਓ, ਸੇਮ ਟੂ ਸੇਮ ਆ ਜਾਊਗਾ, ਜਿਹੜੇ ਮਰਜ਼ੀ ਕਲਰ ਵਿੱਚ ਵੀ ਬਣਵਾ ਸਕਦੇ ਹਾਂ। ਵਾਓ, ਸੱਚੀ ਸੱਚੀ ਜਿੱਦਾਂ ਮਰਜ਼ੀ ਬਣਾਓ, ਸਲਵਾਰ ਨਾ ਬਣਾਓ, ਗਰਾਰੇ ਨਾ ਬਣਾਓ, ਸ਼ਰਾਰੇ ਨਾ ਬਣਾਓ। ਇਹ ਸਟੱਫ ਕਿਹੜਾ ਯੂਜ਼ ਕੀਤਾ ਗਿਆ ਰਣਜੀਤ? ਜੋਰਜਟ, ਜੋਰਜਟ, ਹਾਂ, ਪਿਓਰ ਜੋਰਜਟ ਤੇ। ਓਕੇ, ਤੇ ਜੇ ਕੋਈ ਕਸਟਮਰ ਸਿਲਕ 'ਚ ਜਾਂਦਾ, ਸਿਲਕ 'ਚ ਵੀ ਕੰਮ ਹੋ ਜਾਂਦਾ? ਸਿਲਕ ਵਿੱਚ ਵੀ ਬਣ ਜਾਊਗਾ, ਕਿਸੇ ਨੈੱਟ ਦਾ ਦੁਪੱਟਾ ਨਹੀਂ ਲੈਣਾ, ਚਨੋਨ ਦਾ ਲੈਣਾ, ਚਨੋਨ 'ਤੇ ਵੀ ਬਣ ਜਾਊਗਾ, ਨੋ ਪ੍ਰੋਬਲਮ। ਸੋ ਇਹੀ ਵਧੀਆ ਤਰੀਕਾ ਹੁੰਦਾ ਕਸਟਮਾਈਜ਼ ਕਰਵਾਉਣ ਦਾ ਕਿ ਜਦੋਂ ਤੁਹਾਡਾ ਆਪਣਾ ਦਿਲ ਚਾਹੇ ਜਿਹੜਾ ਤਰ੍ਹਾਂ ਜਿਸ ਤਰ੍ਹਾਂ ਦਾ ਵੀ ਕੰਮ ਜਿਹੜੇ ਮਰਜ਼ੀ ਸਟੱਫ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ। ਸਲਵਾਰ ਦੀ ਜਗ੍ਹਾ ਜੇ ਤੁਸੀਂ ਗਰਾਰਾ ਸ਼ਰਾਰਾ ਵੀ ਬਣਾਉਣਾ ਚਾਹੁੰਦੇ ਹੋ, ਉਹ ਵੀ ਬਣ ਸਕਦਾ, ਰਾਈਟ? ਜੋ ਮਰਜ਼ੀ ਲਹਿੰਗਾ ਬਣਾਓ, ਜੋ ਮਰਜ਼ੀ ਬਣਾਉਣਾ ਚਾਹੁੰਦੇ ਆ, ਨੋ ਪ੍ਰੋਬਲਮ। ਸੋ ਮੈਂ ਦੱਸਣਾ ਚਾਹੁੰਦੀ ਹਾਂ ਇੱਥੇ ਕਿ ਰਾਨੂ ਕੰਗ ਜੀ ਬੜੀ ਜਲਦੀ ਇੰਡੀਆ ਜਾ ਰਹੇ ਨੇ, ਨਵੀਂ ਸ਼ਿਪਮੈਂਟ ਉੱਥੇ ਆਰਡਰ ਆਪੇ ਡਿਜ਼ਾਈਨ ਕਰਦੇ ਨੇ। ਉਹ ਕਹਿੰਦੇ ਕਿ ਮੈਨੂੰ ਫੋਨ 'ਤੇ ਆਰਡਰ ਕਰਨਾ ਚੰਗਾ ਨਹੀਂ ਲੱਗਦਾ, ਉੱਥੇ ਜਾ ਕੇ ਪਰਸਨਲੀ ਉਹ ਚੂਜ਼ ਕਰਦੇ ਨੇ। ਇਸ ਲਈ ਇਹਨਾਂ ਦੇ ਜਿਹੜੇ ਪੀਸ ਸਾਰੇ ਹੁੰਦੇ ਨੇ, ਚਾਹੇ ਉਹ ਲਹਿੰਗੇ ਦੀ ਗੱਲ ਕੀਤੀ ਜਾਵੇ, ਬ੍ਰਾਈਡਲ ਵੇਅਰ ਦੀ ਗੱਲ ਕੀਤੀ ਜਾਵੇ, ਕੈਜੂਅਲ ਦੀ, ਫੋਰਮਲ ਦੀ, ਬਜ਼ੁਰਗਾਂ ਲਈ, ਬੱਚਿਆਂ ਲਈ, ਸਾਰੇ ਇੱਕ ਤੋਂ ਵੱਧ ਇੱਕ 'ਤੇ ਹਟ ਕੇ ਹੁੰਦੇ ਆ ਇਹਨਾਂ ਦੇ ਸਾਰੇ ਪੀਸਿਸ। ਸੋ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਆਪਣੇ, ਤੁਹਾਡੇ ਘਰ ਅੱਗੇ ਆਉਣ ਵਾਲੇ ਸਾਲ ਦੇ ਵਿੱਚ ਕੁਝ ਵਿਆਹ ਸ਼ਾਦੀ ਆਉਣ ਵਾਲੀ ਹੈ ਜਾਂ ਫੰਕਸ਼ਨ ਆਉਣ ਵਾਲਾ, ਤੁਸੀਂ ਖਾਸ ਤੌਰ 'ਤੇ ਕੁਝ ਖਾਸ ਤਰੀਕੇ ਦੇ ਕੱਪੜੇ ਜਿਹੜੇ ਤਿਆਰ ਕਰਵਾਉਣਾ ਚਾਹੁੰਦੇ ਹੋ, ਤਾਂ ਰਾਨੂ ਕੰਗ ਜੀ ਨੂੰ ਤੁਸੀਂ ਕਾਲ ਕਰੋ ਜਲਦੀ ਨਾਲ, ਕਿਉਂਕਿ ਇੰਡੀਆ ਜਾਂਦੇ ਆ ਤਾਂ ਤੁਹਾਡੇ ਕੱਪੜੇ ਜਿਹੜੇ ਆ ਟਾਈਮ 'ਤੇ ਤਿਆਰ ਹੋ ਕੇ ਤੁਹਾਨੂੰ ਮਿਲ ਜਾਣਗੇ। ਵੈਸੇ ਵੀ ਹਮੇਸ਼ਾ ਇਹਨਾਂ ਦੀ ਸ਼ਿਪਮੈਂਟ ਜਿਹੜੀ ਹੈ ਉਹ ਟਾਈਮ 'ਤੇ ਪਹੁੰਚਦੀ ਹੈ। ਰਾਨੂ ਜੀ, ਇੰਡੀਆ ਦਾ ਟ੍ਰਿਪ, ਮੈਂ ਸਹੀ ਕਹਿਣਾ, ਤੁਸੀਂ ਨਵੀਂ ਨਵੀਂ ਚੀਜ਼ਾਂ ਲਿਆਉਣ ਜਾ ਰਹੇ ਹੋ? ਹਾਂਜੀ ਹਾਂਜੀ, ਮੈਂ ਜਾ ਰਹੀ ਹਾਂ ਜੀ, ਐਤਕੀ ਮੈਂ ਲੇਟ ਹੋ ਗਿਆ, ਮੈਂ ਸਪਤੰਬਰ ਵਿੱਚ ਅੱਗੇ ਇੰਡੀਆ ਹੁੰਦੀ, ਹੁਣ ਮੈਂ ਇੱਕ ਵਿਆਹ ਕਰਨਾ ਸੀ ਅਟੈਂਡ, ਇਸ ਕਰਕੇ ਮੈਂ ਪਿੱਛੇ ਪੈ ਗਈ ਥੋੜ੍ਹਾ ਨਾ, ਅਤੇ ਮੈਂ ਲਿਆਉਂਗੀ ਨਵੇਂ ਨਵੇਂ ਸੂਟ। ਸੋ ਜੇ ਤੁਹਾਨੂੰ ਕਸਟਮਰਸ ਕਾਲ ਕਰਨਾ ਚਾਹੁਣ ਆਪਣੇ ਆਰਡਰ ਪਲੇਸ ਕਰਨ ਲਈ, ਕਿੱਥੇ ਕਰਨ, ਕਿਹੜੀ ਨੰਬਰ? ਆਹੀ ਨੰਬਰ 'ਤੇ ਕਰ ਸਕਦੇ, 6474001965। ਜੇ ਕਿਸੇ ਨੇ ਇੰਡੀਆ ਵੀ ਜਾਣਾ ਉੱਥੇ ਜਾ ਕੇ ਮੇਰੇ ਕੋਲ ਸੂਟ ਲੈਣੇ ਪਿੱਕ ਕਰ ਸਕਦੇ, ਪਰ ਆਰਡਰ ਉਹਨਾਂ ਨੇ ਇੱਥੇ ਕਰਨਾ ਪੈਣਾ ਹੈਗਾ। ਹਾਂਜੀ, ਔਰ ਮੈਂ ਚਾਹਾਂਗੀ ਕਿ ਜਿੰਨੇ ਵੀ ਸਾਡੇ ਵਿਊਅਰਸ ਇਸ ਵਕਤ ਦੇਖ ਰਹੇ ਹਨ, ਜੇ ਤੁਸੀਂ ਆਪਣੇ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੱਪੜਾ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਨੂ ਜੀ ਨੂੰ ਕਾਲ ਕਰ ਸਕਦੇ ਹੋ, ਨੰਬਰ ਸਾਡੀ ਸਕਰੀਨ 'ਤੇ ਵੀ ਆ ਰਿਹਾ, ਰਾਨੂ ਜੀ ਦਾ ਸੋਸ਼ਲ ਮੀਡੀਆ 'ਤੇ ਵੀ ਪੇਜ ਹੈ। ਰਾਨੂ ਜੀ, ਇੱਕ ਵਾਰੀ ਉਹਦੇ ਬਾਰੇ ਵੀ ਦੱਸ ਦਿਓ। ਹਾਂਜੀ, ਅੰਡਰ ਰਾਨੂ ਬੁਟੀਕ ਹੈਗਾ, ਅੰਡਰ ਰਾਨੂ ਬੁਟੀਕ। ਇੰਸਟਾਗ੍ਰਾਮ 'ਤੇ ਵੀ? ਇੰਸਟਾਗ੍ਰਾਮ 'ਤੇ ਵੀ ਰਾਨੂ ਬੁਟੀਕ ਜੀ, ਇੰਸਟਾਗ੍ਰਾਮ 'ਤੇ ਵੀ ਰਾਨੂ ਬੁਟੀਕ। ਔਰ ਮੈਂ ਦੱਸ ਦੇਵਾਂ ਕਿ ਇਹਨਾਂ ਦੀ ਬੁਟੀਕ ਜਿਹੜੀ ਆ ਉਹ ਵੁੱਡ ਬ੍ਰਿਜ ਦੇ ਅੰਦਰ ਹੈਗੀ ਹੈ, ਰਾਨੂ ਕੰਗ ਬੁਟੀਕ ਇਨ ਵੁੱਡ ਬ੍ਰਿਜ। ਸੋ ਤੁਸੀਂ ਜੇ ਕੋਈ ਵੀ ਆਉਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਐਡਰੈਸ ਲੈ ਕੇ ਤੁਸੀਂ ਇੱਥੇ ਆ ਸਕਦੇ ਹੋ, ਜਾਂ ਇਹਨਾਂ ਦੇ ਸੋਸ਼ਲ ਮੀਡੀਆ 'ਤੇ ਵੀ ਜਾ ਕੇ ਤੁਸੀਂ ਪੂਰੀ ਜਿਹੜੀ ਜਾਣਕਾਰੀ ਹੈ ਉਹ ਹਾਸਿਲ ਕਰ ਸਕਦੇ ਹੋ, ਇਹਨਾਂ ਦੇ ਜਿਹੜੇ ਕਲੈਕਸ਼ਨ ਆ ਉਹ ਤੁਸੀਂ ਵਾਚ ਕਰ ਸਕਦੇ ਹੋ। ਇਹਨਾਂ ਦੀ ਕਲੈਕਸ਼ਨ ਨਹੀਂ ਜ਼ਿਆਦਾ ਕਿ ਉਹ ਸੋਸ਼ਲ ਮੀਡੀਆ 'ਤੇ ਸਾਰੀ ਨਹੀਂ ਹੋਏਗੀ, ਤੁਹਾਨੂੰ ਉਹਦੇ ਲਈ ਪਰਸਨਲੀ ਇੱਥੇ ਆਉਣਾ ਪਏਗਾ। ਤਾਂ ਰਾਨੂ ਜੀ, ਕਸਟਮਾਈਜ਼ ਜਿਵੇਂ ਕਰਵਾਉਣ ਲਈ, ਮੰਨ ਲਓ ਕਿ ਕਿਸੇ ਦੇ ਘਰ ਇੱਕ ਮਹੀਨੇ ਬਾਅਦ ਵਿਆਹ ਹੈ, ਸੋ ਅਰਲੀ ਜੇ ਤੁਸੀਂ ਕਰ ਸਕਦੇ ਹੋ ਪ੍ਰੋਵਾਈਡ ਉਹਨਾਂ ਨੂੰ, ਜੇ ਕੋਈ ਤੁਹਾਨੂੰ ਆਰਡਰ ਕਰੇ ਤਾਂ? ਹਾਂਜੀ ਹਾਂਜੀ, ਬਣਾ ਤਾਂ ਸਕਦੇ ਹਾਂ, ਪਰ ਇਹ ਨਹੀਂ ਗੱਲ ਹੁੰਦੀ, ਪਰ ਕਈ ਵਾਰ ਮੇਰੇ ਕੋਲ ਵੀ ਬਹੁਤ ਜ਼ਿਆਦਾ ਰਸ਼ ਹੁੰਦਾ ਹੈ, ਪਰ ਮੈਂ ਬਣਾ ਕੇ ਦਿੰਦੀ ਹਾਂ। ਬਹੁਤ ਕਸਟਮਰ ਜਿਹੜੇ ਕਿ ਇੰਡੀਆ ਤੋਂ ਔਨਲਾਈਨ ਮੰਗਾ ਲੈਂਦੇ ਜਾਂ ਕਿਸੇ ਬੁਟੀਕ ਤੋਂ ਮੰਗਾ ਲੈਂਦੇ, ਉਹਨਾਂ ਪਸੰਦ ਨਹੀਂ ਆਉਂਦੇ, ਫਿਰ ਮੇਰੇ ਕੋਲ ਆਉਂਦੇ, ਮੈਂ ਬਣਾ ਕੇ ਦਿੰਦੀ ਹਾਂ, ਇਹ ਨਹੀਂ ਗੱਲ ਹੈਗੀ, ਫਿਰ ਉਹ ਕੀ ਕਾਰੀਗਰ ਤੋਂ ਓਵਰ ਟਾਈਮ ਕਰਵਾ ਲਈਦਾ ਹੈਗਾ ਨਾ। ਬਣਾ ਸਕਦੇ, ਕਿਉਂ ਨਹੀਂ ਬਣਾ ਸਕਦੇ? ਵੈਸੇ ਉੱਦਾਂ ਮੈਂ ਕਹਿੰਦੀ 8 ਵੀਕ ਦਾ ਟਾਈਮ ਹੋਣਾ ਚਾਹੀਦਾ ਸੂਟ ਦੇ ਲਈ ਨਾ, ਅਤੇ ਬਾਕੀ ਸਾਰਾ, ਕਿਉਂਕਿ ਹੈਂਡ ਵਰਕ ਕਰਦੇ, ਕੋਈ ਮਸ਼ੀਨੀ ਵਰਕ ਤਾਂ ਹੈ ਹੀ ਨਹੀਂ ਨਾ, ਸਾਰਾ ਹੈਂਡ ਵਰਕ ਹੈਗਾ ਆ। ਵਾਓ, ਔਰ ਮੈਂ ਜਿੱਦਾਂ ਕਿ ਕਹਿੰਦੇ ਕਿ ਹਰ ਕੰਮ ਦੇ ਵਿੱਚ ਬੜੀ ਮਾਹਿਰਤਾ ਚਾਹੀਦੀ ਹੁੰਦੀ ਹੈ, ਇੱਦਾਂ ਹੀ ਕਹਿ ਲਓ ਕੱਪੜਿਆਂ ਦੀ ਜਦੋਂ ਗੱਲ ਆਉਂਦੀ ਹੈ, ਅਤੇ ਕੱਪੜਿਆਂ ਦੇ ਵਿੱਚ ਵੀ ਬਹੁਤ ਚੀਜ਼ਾਂ ਜਿਹੜੀਆਂ ਮਾਇਨੇ ਰੱਖਦੀਆਂ, ਕਲਰ, ਕੰਟਰਾਸਟ, ਕਢਾਈ, ਵੈਦਰ, ਸੀਜ਼ਨ, ਕਿੱਦਾਂ ਦਾ ਸੀਜ਼ਨ ਚੱਲ ਰਿਹਾ, ਕਿੱਦਾਂ ਦੇ ਕਲਰਸ ਚੱਲ ਰਿਹਾ, ਅਤੇ ਕਿੱਦਾਂ ਤੁਸੀਂ ਇਹ ਸਾਰਾ ਕੁਝ ਡਿਸਾਈਡ ਕਰਦੇ ਹੋ? ਲਾਈਕ ਇਟਸ ਰੀਅਲੀ ਹਾਰਡ, ਤੁਸੀਂ ਸੁਜੈਸਟ ਵੀ ਲੋਕਾਂ ਨੂੰ ਬਹੁਤ ਵਧੀਆ ਕਰਦੇ ਹੋ। ਹਾਂਜੀ ਹਾਂਜੀ, ਇਹ ਤਾਂ ਫਿਰ ਡਿਸਾਈਡ, ਜਿੱਦਾਂ ਤੁਸੀਂ ਕੰਮ ਵਿੱਚ ਪੈ ਜਾਂਦੇ ਉੱਦਾਂ ਦਾ ਤੁਹਾਡਾ ਦਿਮਾਗ ਉੱਧਰ ਨੂੰ ਚੱਲਣ ਲੱਗ ਪੈਂਦਾ ਹੈਗਾ। ਹੁਣ ਸਾਰੇ ਮੈਨੂੰ ਕਹਿੰਦੇ ਪਤਾ ਨਹੀਂ ਤੁਹਾਨੂੰ ਕਿੱਦਾਂ ਚੇਤਾ ਰਹਿ ਜਾਂਦਾ ਇੰਨੇ ਕਲਰਾਂ ਦੇ ਵਿੱਚ, ਕਿਉਂਕਿ ਮੇਰੀ ਜੋਬ ਹੈਗੀ ਇਹੋ ਨਾ, ਜੋਬ ਜਿਸ ਤਰ੍ਹਾਂ ਤੁਸੀਂ ਜੋਬ ਕਰਦੇ ਉਦੇ ਮੈਂ ਕਰਦੀ ਹਾਂ, ਇਸੇ ਤਰ੍ਹਾਂ ਬਸ ਫਿਰ ਆਪੇ ਪਰਮਾਤਮਾ ਵੱਲੋਂ ਹੀ ਹੋ ਜਾਂਦਾ ਹੈਗਾ। ਅੱਜ ਕੱਲ੍ਹ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ? ਅੱਜ ਕੱਲ੍ਹ ਜ਼ਿਆਦਾ ਮੇਰੇ ਕੋਲ ਤਾਂ ਜ਼ਿਆਦਾ ਸਿਲਕ ਦੇ ਸੂਟ ਚੱਲਦੇ, ਪਰ ਜੋਰਜਟ ਦੇ ਨਾਲ ਲੰਬੀਆਂ ਸ਼ਰਟਾਂ ਦੇ ਨਾਲ ਵੀ ਘੱਗਰੇ ਵੀ ਚੱਲ ਰਹੇ ਅੱਜ ਕੱਲ੍ਹ, ਅਤੇ ਸ਼ਰਾਰੇ ਵੀ ਚੱਲਦੇ, ਗਰਾਰੇ ਵੀ ਚੱਲਦੇ ਆ। ਤੁਸੀਂ ਜੋ ਵੀ ਮਰਜ਼ੀ ਤੁਸੀਂ ਬਣਾਉਣਾ ਤੁਸੀਂ ਬਣਾ ਸਕਦੇ ਆ। ਮੈਂ ਇੱਕ ਵਾਰੀ, ਆਪਣੇ ਸਾਡੇ ਖੁਦ ਦੇ ਬਹੁਤ ਡਿਜ਼ਾਈਨ ਹੈਗੇ ਆ, ਮੇਰੇ ਕੋਲ ਸਾਰੇ ਸੂਟ ਰੈਡੀ ਹੁੰਦੇ
ਮੈਂ ਆਪਣੇ ਭੈਣਾਂ ਨੂੰ ਇਹੀ ਕਹਿੰਦੀ ਵੀ ਤੁਸੀਂ ਮੇਰਾ ਬਹੁਤ ਸਾਥ ਦਿੱਤਾ, ਭੈਣਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ, ਬਹੁਤ ਪਿਆਰ ਵੀ ਕਰਦੀਆਂ ਮੈਨੂੰ, ਮੈਂ ਵੀ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਪਰ ਜਿਹੜੀਆਂ ਭੈਣਾਂ ਹਾਲੇ ਤੱਕ ਨਹੀਂ ਆਈਆਂ ਰਾਣੋ ਬੁਟੀਕ ਦੇ ਉੱਤੇ, ਮੈਂ ਉਹਨੂੰ ਇਹ ਕਹਿੰਦੀ ਵੀ ਤੁਸੀਂ ਇੱਕ ਵਾਰੀ ਆਓ, ਕਿਉਂਕਿ ਸਾਡੇ ਕੋਲ ਖੁਦ ਦੇ ਆਪਣੇ ਕਾਰੀਗਰ, ਆਪਣੇ ਟੇਲਰ ਆ, ਸਾਰਾ ਕੁਝ ਸਾਡੀ ਬੁਟੀਕ ਇੰਡੀਆ ਦੇ ਵਿੱਚ ਆਪਣੀ ਹੈਗੀ ਆ, ਪਬਲਿਕ ਲਈ ਉੱਥੇ ਨਹੀਂ ਹੈਗੀ, ਸਾਰਾ ਇੱਥੇ ਦਾ ਹੀ ਔਡਰ ਅਸੀਂ ਉੱਥੇ ਬਣਾਉਂਦੇ ਹੈਗੇ ਹੈ ਨਾ। ਇਸ ਕਰਕੇ ਜਿਹੜੀਆਂ ਭੈਣਾਂ ਨਹੀਂ ਆਈਆਂ ਆਓ ਇੱਕ ਵਾਰੀ ਤੁਸੀਂ ਆ ਕੇ ਮੈਨੂੰ ਮਿਲਿਓ ਜ਼ਰੂਰ। ਤੁਸੀਂ ਸੂਟ ਖਰੀਦਣਾ ਨਾ ਖਰੀਦਣਾ ਉਹਨਾਂ ਦੀ ਮਰਜ਼ੀ ਹੈ, ਪਰ ਦੇਖਣ ਜ਼ਰੂਰ ਸਾਡੀ ਕਲੈਕਸ਼ਨ ਨੂੰ ਆ ਕੇ। ਬਹੁਤ ਵਧੀਆ, ਔਰ ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਇੱਕ ਵਾਰੀ ਆਓਗੇ ਤਾਂ ਬਾਰ ਬਾਰ ਆਓਗੇ, ਕਿਉਂਕਿ ਰਾਣੋ ਕੰਗ ਦੀ ਜਿਹੜੀ ਬੁਟੀਕ ਹੈ ਜਾਂ ਉਹਨਾਂ ਦਾ ਜਿਹੜਾ ਸਟੱਫ ਹੈ ਉਹ ਇੱਕ ਹਟਕੇ ਸਟੱਫ ਹੈ, ਔਰ ਹਟਕੇ ਡਿਜ਼ਾਇਨਸ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰੋਗੇ। ਔਰ ਕਹਿੰਦੇ ਕਿ ਕੁਆਂਟਿਟੀ ਦੇ ਨਾਲ ਨਾਲ ਕੁਆਲਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ, ਸੋ ਕੁਆਲਿਟੀ ਪਲੱਸ ਬੈਸਟ ਪ੍ਰਾਈਸ ਉਹ ਤੁਹਾਨੂੰ ਰਾਣੋ ਕੰਗ ਦੇ ਮਿਲ ਸਕਦੀ ਹੈ। ਸੋ ਰਾਣੋ ਜੀ, ਮੈਂ ਜਾਣ ਤੋਂ ਪਹਿਲਾਂ ਇੱਕ ਵਾਰੀ ਚਾਹਾਂਗੀ ਤੁਸੀਂ ਫੋਨ ਨੰਬਰ ਵੀ ਆਪਣਾ ਜ਼ਰੂਰ ਦੱਸੋ। ਹਾਂਜੀ, ਸਾਡੀ ਜਿਹੜੀ ਬੁਟੀਕ ਹੈ ਸਿਰਫ ਟੋਰਾਂਟੋ ਦੇ ਵਿੱਚ ਇੱਕੋ ਬੁਟੀਕ ਹੈ ਜੋ ਕਿ ਬੁੱਢ ਬ੍ਰਿਜ ਦੇ ਵਿੱਚ ਹੈਗੀ ਆ, ਜਿਸ ਦਾ ਫੋਨ ਨੰਬਰ 6474001965 ਆ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਐਂਡ ਹੈਵ ਅ ਸੇਫ ਟ੍ਰਿਪ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਵੀ। ਅਤੇ ਚਲੋ ਜੀ, ਮੈਂ ਵੀ ਲੈਂਦੀ ਹਾਂ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ, ਮਿਲਦੇ ਹਾਂ ਅਗਲੀ ਵਾਰੀ ਫਿਰ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ। ਲੇਕਿਨ ਤੁਸੀਂ ਯਾਦ ਰੱਖਣਾ, ਰਾਣੋ ਕੰਗ ਬੁਟੀਕ ਇਨ ਵੁੱਡ ਬ੍ਰਿਜ, ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਔਡਰ ਪਲੇਸ ਕਰਨਾ ਚਾਹੁੰਦੇ ਹੋ ਤਾਂ ਜਲਦੀ ਨਾਲ ਕਰੋ। ਵਿੰਟਰ ਵੀ ਆਉਣ ਵਾਲੀ ਹੈ, ਔਰ ਮੈਨੂੰ ਪਤਾ ਕਿ ਬਹੁਤ ਸਾਰੀਆਂ ਸੈਲੀਬ੍ਰੇਸ਼ਨ ਚੱਲ ਰਹੀਆਂ ਅੱਗੇ, ਕ੍ਰਿਸਮਸ ਆਉਣ ਵਾਲੀ ਹੈ, ਨਿਊ ਈਅਰ ਆਉਣ ਵਾਲਾ ਹੈ, ਲੋਹੜੀ ਦਾ ਫੰਕਸ਼ਨ ਆਉਣ ਵਾਲਾ ਹੈ। ਸੋ ਲੋਹੜੀ ਦੇ ਮੌਕੇ ਦੇ ਲਈ ਵੀ ਖਾਸ ਤੁਸੀਂ ਤਰ੍ਹਾਂ ਦੇ ਕੱਪੜੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਰਾਣੋ ਜੀ ਨੂੰ ਕੰਟੈਕਟ ਕਰ ਸਕਦੇ ਹੋ, ਤੁਹਾਡੇ ਲਈ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਕੇ ਤੁਹਾਡੇ ਹਿਸਾਬ ਨਾਲ ਕੱਪੜੇ ਜਿਹੜੇ ਤਿਆਰ ਕੀਤੇ ਜਾਣਗੇ। ਇਸ ਦੇ ਨਾਲ ਹੀ ਜੋਤੀ ਲੈਂਦੀ ਹੈ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ, ਵੇਖਦੇ ਰਹੋ ਸਾਂਝਾ ਪੰਜਾਬ ਟੀਵੀ, ਸਾਰਾ ਦਿਨ ਸਾਰੀ ਰਾਤ ਸਾਡੇ ਨਾਲ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।